ਇਸ ਸੁੰਨਸਾਨ ਗਲੀ ਦੇ ਵਿੱਚ ਇਹ ਜਨਾਨੀ ਬੈਗ ਚੁੱਕੀ ਹੌਲੀ ਹੌਲੀ ਤੁਰੀ ਆ ਰਹੀ ਹੈ। ਪਰ ਅੱਗੇ ਜੋ ਇਸ ਦੇ ਨਾਲ ਹੋਣ ਵਾਲਾ ਹੈ ਅਤੇ ਇਹ ਜੋ ਕਰਨ ਵਾਲੀ ਹੈ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਹੁਣ ਤੁਸੀਂ ਦੇਖਿਆ ਕਿ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਮੁੰਡੇ ਨੇ ਜਨਾਨੀ ਦਾ ਝਪੱਟਾ ਮਾਰ ਕੇ ਪਰਸ ਖੋਹਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਅਤੇ ਜਨਾਨੀ ਨੇ ਵੀ ਫਿਰ ਮੌਕੇ 'ਤੇ ਹੀ ਕਮਾਂਡੋ ਵਾਂਗ ਹਿੰਮਤ ਦਿਖਾਉਂਦੇ ਹੋਏ ਆਪਣਾ ਪਰਸ ਦੂਜੇ ਪਾਸੇ ਖਿੱਚ ਲਿਆ ਅਤੇ ਲੁਟੇਰੇ ਨੂੰ ਖਾਲੀ ਹੱਥ ਮੌਕੇ 'ਤੇ ਹੀ ਭੱਜਣਾ ਪਿਆ। ਹਲਕੀ ਜਨਾਨੀ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਆਵਾਜ਼ਾਂ ਵੀ ਮਾਰੀਆਂ ਗਈਆਂ ਤਾਂ ਕਿ ਲੁਟੇਰੇ ਨੂੰ ਮੌਕੇ 'ਤੇ ਹੀ ਕਾਬੂ ਕੀਤਾ ਜਾ ਸਕੇ। ਪਰ ਇੰਨੇ ਨੂੰ ਲੁਟੇਰੇ ਨੇ ਆਪਣੇ ਮੋਟਰਸਾਈਕਲ ਦਾ ਜੰਬੋ ਜੈੱਟ ਬਣਾ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਘਟੀਆ ਹਰਕਤ CCTV ਕੈਮਰੇ ਵਿੱਚ ਕੈਦ ਹੋ ਗਈ। ਦਰਅਸਲ ਇਹ ਘਟਨਾ ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ 4 ਦੀ ਹੈ, ਜਿੱਥੇ ਲੁਟੇਰੇ ਵੱਲੋਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਤੁਹਾਡੀਆਂ ਧੀਆਂ ਭੈਣਾਂ ਅਤੇ ਘਰ ਵਾਲੀਆਂ ਇਕੱਲੀਆਂ ਬਾਜ਼ਾਰ ਦੇ ਵਿੱਚ ਕੰਮ ਕਾਰ 'ਤੇ ਜਾਂਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ, ਕਿਉਂਕਿ ਉਹਨਾਂ ਨੂੰ ਵੀ ਅਜਿਹੇ ਲੁਟੇਰੇ ਰਾਸਤੇ ਵਿੱਚ ਘੇਰ ਸਕਦੇ ਨੇ। ਇਸ ਸੁੰਨਸਾਨ ਗਲੀ ਦੇ ਵਿੱਚ ਇਹ ਜਨਾਨੀ ਬੈਗ ਚੁੱਕੀ ਹੌਲੀ ਹੌਲੀ ਤੁਰੀ ਆ ਰਹੀ ਹੈ। ਪਰ ਅੱਗੇ ਜੋ ਇਸ ਦੇ ਨਾਲ ਹੋਣ ਵਾਲਾ ਹੈ ਅਤੇ ਇਹ ਜੋ ਕਰਨ ਵਾਲੀ ਹੈ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਹੁਣ ਤੁਸੀਂ ਦੇਖਿਆ ਕਿ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਮੁੰਡੇ ਨੇ ਜਨਾਨੀ ਦਾ ਝਪੱਟਾ ਮਾਰ ਕੇ ਪਰਸ ਖੋਹਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ ਅਤੇ ਜਨਾਨੀ ਨੇ ਵੀ ਫਿਰ ਮੌਕੇ 'ਤੇ ਹੀ ਕਮਾਂਡੋ ਵਾਂਗ ਹਿੰਮਤ ਦਿਖਾਉਂਦੇ ਹੋਏ ਆਪਣਾ ਪਰਸ ਦੂਜੇ ਪਾਸੇ ਖਿੱਚ ਲਿਆ ਅਤੇ ਲੁਟੇਰੇ ਨੂੰ ਖਾਲੀ ਹੱਥ ਮੌਕੇ 'ਤੇ ਹੀ ਭੱਜਣਾ ਪਿਆ। ਹਲਕੀ ਜਨਾਨੀ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਆਵਾਜ਼ਾਂ ਵੀ ਮਾਰੀਆਂ ਗਈਆਂ ਤਾਂ ਕਿ ਲੁਟੇਰੇ ਨੂੰ ਮੌਕੇ 'ਤੇ ਹੀ ਕਾਬੂ ਕੀਤਾ ਜਾ ਸਕੇ। ਪਰ ਇੰਨੇ ਨੂੰ ਲੁਟੇਰੇ ਨੇ ਆਪਣੇ ਮੋਟਰਸਾਈਕਲ ਦਾ ਜੰਬੋ ਜੈੱਟ ਬਣਾ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਘਟੀਆ ਹਰਕਤ CCTV ਕੈਮਰੇ ਵਿੱਚ ਕੈਦ ਹੋ ਗਈ। ਦਰਅਸਲ ਇਹ ਘਟਨਾ ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ 4 ਦੀ ਹੈ, ਜਿੱਥੇ ਲੁਟੇਰੇ ਵੱਲੋਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਤੁਹਾਡੀਆਂ ਧੀਆਂ ਭੈਣਾਂ ਅਤੇ ਘਰ ਵਾਲੀਆਂ ਇਕੱਲੀਆਂ ਬਾਜ਼ਾਰ ਦੇ ਵਿੱਚ ਕੰਮ ਕਾਰ 'ਤੇ ਜਾਂਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ, ਕਿਉਂਕਿ ਉਹਨਾਂ ਨੂੰ ਵੀ ਅਜਿਹੇ ਲੁਟੇਰੇ ਰਾਸਤੇ ਵਿੱਚ ਘੇਰ ਸਕਦੇ ਨੇ। ਇਸ ਦੇ ਨਾਲ ਹੀ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਧਿਆਨ ਦੇਣ ਦੀ ਲੋੜ ਹੈ। ਹਕੀਕੀ TV ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣ ਦੀ ਰਿਪੋਰਟ।